ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨਿਤ ਕਪੂਰ। ਪੰਜਾਬ ਦੇ ਸਿੱਖਿਆ ਵਿਭਾਗ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਣ ਲਈ ਕਈ ਤਰ੍ਹਾਂ ਦੇ ਕਦਮ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ। ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਸੀ ਕਿ ਵੱਡੇ ਸੈਮੀਨਾਰ ਲੱਗਦੇ ਨਜ਼ਰ ਆਏ, ਇਸ ਤੋਂ ਇਲਾਵਾ ਟੀਚਰਾਂ ਨੂੰ ਫੌਰਨ ਭੇਜਿਆ ਗਿਆ ਜਿੱਥੇ ਉੱਥੋਂ ਟ੍ਰੇਨਿੰਗ ਲੈ ਕੇ ਆਏ, ਔਰ ਹੁਣ ਸਕੂਲ ਮੈਨੇਜਮੈਂਟ ਕਮੇਟੀਜ਼ ਜਿਹੜੀਆਂ ਨੇ ਉਹਨਾਂ ਲਈ ਵੀ ਟ੍ਰੇਨਿੰਗ ਸੈਸ਼ਨ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਸਕੂਲਾਂ ਦੇ ਵਿੱਚ ਸਿੱਖਿਆ ਤਾਂ ਹੀ ਬੈਟਰ ਹੋਏਗੀ ਜੇ ਮੈਨੇਜਮੈਂਟ ਵੀ ਪ੍ਰੋਪਰ ਟ੍ਰੇਨਡ ਹੋਏ। ਕਿ ਕੁਛ ਇਹ ਸੈਮੀਨਾਰ ਰਾਹੀਂ ਸਿੱਖਿਆ ਵਿਭਾਗ ਕਰਨਾ ਚਾਹੁੰਦਾ, ਇਸ ਨੂੰ ਲੈ ਕੇ ਸਾਡੇ ਨਾਲ ਅਧਿਕਾਰੀ ਵੀ ਹੈ, ਗੱਲਬਾਤ ਵੀ ਕਰਨੇ। ਸਰ, ਕੀ ਕੁਛ ਕਿਸ ਤਰ੍ਹਾਂ ਦੇ ਇਹ ਟ੍ਰੇਨਿੰਗ ਸੈਸ਼ਨ ਨੇ ਔਰ ਮਕਸਦ ਕੀ ਹੈ ਇਹਨਾਂ? ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਸਕੂਲ ਮੈਨੇਜਮੈਂਟ ਕਮੇਟੀਜ਼ ਬਣਾਈ ਗਈ ਹੈ। ਇਹਨਾਂ ਕਮੇਟੀਜ਼ ਨੂੰ ਬਣਾਉਣ ਦਾ ਮੁੱਖ ਮੰਤਵ ਇਹ ਹੈ ਕਿ ਸਰਕਾਰ ਦੀ ਜਿਹੜੀ ਵੱਖ ਵੱਖ ਸਕੀਮ ਹੈ ਉਹ ਇਹਨਾਂ ਸਕੂਲ ਮੈਨੇਜਮੈਂਟ ਕਮੇਟੀ ਰਾਹੀਂ ਸਕੂਲਾਂ ਦੇ ਵਿੱਚ ਲਾਗੂ ਕੀਤੀ ਜਾਣ, ਨੰਬਰ 1। ਨੰਬਰ 2, ਜਿਹੜਾ ਕੰਮ ਹੋ ਰਿਹਾ ਹੈ ਉਹਤੇ ਨਜ਼ਰ ਰੱਖਣ ਲਈ ਕੀ ਕੰਮ ਸਹੀ ਹੋ ਰਿਹਾ, ਕੀ ਟ੍ਰਾਂਸਪਰੈਂਸੀ ਹੈਗੀ, ਕੀ ਪੈਸਾ ਸਰਕਾਰ ਦਾ ਚੰਗੀ ਤਰ੍ਹਾਂ ਖਰਚਾ ਜਾ ਰਿਹਾ ਹੈ, ਇਹ ਸਾਰਾ ਚੀਜ਼ਾਂ ਜਿਹੜੀ ਹੈ ਸਕੂਲ ਮੈਨੇਜਮੈਂਟ ਕਮੇਟੀ ਰਾਹੀਂ ਜਿਹੜੀ ਹੈ ਸਰਕਾਰ ਦੀ ਐਕਸਪੈਕਟੇਸ਼ਨ ਹੈ ਕਿ ਅਸੀਂ ਲਾਗੂ ਕਰਾਂਗੇ। ਅਤੇ ਇਸੀ ਮੰਤਵ ਲਈ ਅੱਜ ਜਿਹੜੀ ਹੈ ਸਕੂਲ ਮੈਨੇਜਮੈਂਟ ਕਮੇਟੀ ਦੀ ਟ੍ਰੇਨਿੰਗ ਅਸੀਂ ਕਰਵਾ ਰਹੇ ਹਾਂ ਕਿ ਤੁਹਾਡਾ ਕੀ ਰੋਲ ਹੈ, ਕਿਸ ਮੈਂਬਰ ਦਾ ਕੀ ਰੋਲ ਹੈ, ਕਿਸ ਤਰ੍ਹਾਂ ਦੇ ਮੁੱਦੇ ਤੁਸੀਂ ਸਕੂਲ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਤੁਸੀਂ ਉਠਾ ਸਕਦੇ ਹੋ, ਕੀ ਤੁਹਾਡੀ ਜ਼ਿੰਮੇਵਾਰੀਆਂ ਨੇ, ਕਿਸ ਤਰ੍ਹਾਂ ਮੁੱਦਿਆਂ ਦਾ ਹੱਲ ਕਰਨਾ ਹੈ, ਕਿਸ ਤਰ੍ਹਾਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਹੈ, ਕਿਸ ਤਰ੍ਹਾਂ ਤੁਸੀਂ ਨਜ਼ਰ ਰੱਖਣੀ ਹੈ, ਇਹ ਸਾਰਾ ਮੰਤਵ ਸਕੂਲ ਮੈਨੇਜਮੈਂਟ ਕਮੇਟੀ ਦਾ। ਸਰ, ਇਸਦਾ ਇਹ ਵੀ ਬੈਨੀਫਿਟ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਢੰਗ ਦੇ ਨਾਲ ਵੇਖਣ ਨੂੰ ਮਿਲਿਆ ਸੀ, ਕਈ ਸਕੂਲ ਇਹੋ ਜਿਹੇ ਸੀ ਇਨਫਰਾਸਟ੍ਰਕਚਰ ਦੀ ਬੜੀ ਘਾਟ ਸੀ, ਟੀਚਰਾਂ ਦੀ ਬੜੀ ਘਾਟ ਸੀ, ਅਤੇ ਉਹ ਹੁਣ ਘਾਟ ਜਿਹੜੀ ਉਹ ਵੀ ਪੂਰੀ ਹੁੰਦੀ ਨਜ਼ਰ ਆਏਗੀ, ਕਿਉਂਕਿ ਸਰਕਾਰ ਦੇ ਕੋਲ ਪ੍ਰੋਪਰ ਚੈਨਲ ਰਾਹੀਂ ਅਗਰ ਗੱਲ ਪਹੁੰਚਦੀ ਨਜ਼ਰ ਆਏਗੀ ਤਾਂ ਫਿਰ ਜਿਹੜੀ ਕਹਿ ਸਕਦੇ ਹਾਂ ਡਿਮਾਂਡਸ ਹੈ ਉਹ ਪ੍ਰੋਪਰ ਢੰਗ ਨਾਲ ਪੂਰੀ ਵੀ ਹੁੰਦੀਆਂ ਨਜ਼ਰ ਆਉਣ? ਬਿਲਕੁਲ ਨਜ਼ਰ ਆਉਣਗੀ। ਜਿਵੇਂ ਕਾਫੀ ਮੁੱਦੇ ਸਾਡੀ ਨੌਲੇਜ 'ਚ ਜਿਹੜੀ ਹੈ ਸਕੂਲ ਮੈਨੇਜਮੈਂਟ ਕਮੇਟੀ ਰਾਹੀਂ ਲਾਏ ਗਏ, ਜਿਵੇਂ ਬਾਉਂਡਰੀ ਵਾਲ ਦਾ ਮੁੱਦਾ ਸੀਗਾ, ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਨਹੀਂ ਸੀਗੀ। ਹੁਣ ਸਰਕਾਰ ਵੱਲੋਂ 350 ਕਰੋੜ ਸਿਰਫ ਬਾਉਂਡਰੀ ਵਾਲ ਲਈ ਸਾਰੇ ਸਕੂਲਾਂ ਦੇ ਵਿੱਚ ਕੋਈ ਵੀ 31 ਮਾਰਚ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਇਹ ਵਾਅਦਾ ਹੈ ਕਿ 31 ਮਾਰਚ ਤੱਕ ਕੋਈ ਬੱਚਾ ਥੱਲੇ ਨਹੀਂ ਬੈਠੇਗਾ, ਹਰ ਇੱਕ ਸਕੂਲ 'ਚ ਬਾਉਂਡਰੀ ਵਾਲ ਹੋਏਗੀ, ਹਰ ਸਕੂਲ 'ਚ ਇੰਟਰਨੈਟ ਕਨੈਕਸ਼ਨ ਹੋਏਗਾ, ਹਰ ਸਕੂਲ 'ਚ ਵੱਖਰੇ ਵੱਖਰੇ ਟੋਇਲਟ ਲੜਕੀਆਂ ਲਈ ਹੋਣਗੇ। ਇਹ 31 ਮਾਰਚ ਤੱਕ ਦਾ ਸਾਡਾ ਟੀਚਾ ਹੈ ਔਰ ਅਸੀਂ ਪੂਰਾ ਕਰਕੇ ਦਿਖਾਵਾਂਗੇ। ਇਸ ਲਹਿਜ਼ੇ ਦੇ ਵਿੱਚ ਲੈ ਸਕਦੇ ਹਾਂ ਕਿ ਜਿਸ ਢੰਗ ਦੇ ਨਾਲ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਲੈਣ ਲਈ ਮਾਪਿਆਂ ਦੀ ਲਾਈਨਾਂ ਲੱਗਦੀਆਂ ਸੀ, ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹੀ ਹਾਲ ਹੋਊਗਾ? ਬਿਲਕੁਲ ਹੋਏਗਾ, ਅਤੇ ਇਹਦਾ ਐਗਜ਼ਾਮਪਲ ਵੀ ਹੈ ਸਕੂਲ ਆਫ ਐਮੀਨੈਂਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲ ਜਿਹੜੇ ਹੈ ਉਹਨਾਂ ਨੂੰ ਛੱਡ ਕੇ ਸਾਡੇ ਸਕੂਲਾਂ 'ਚ ਐਡਮਿਸ਼ਨ ਲੀਏ ਉਹਨਾਂ ਨੇ, ਔਰ ਇਸ ਸਾਲ ਹੁਣ ਐਂਟਰੈਂਸ ਐਗਜ਼ਾਮ ਮਾਰਚ ਦੇ ਵਿੱਚ ਹੋਣ ਜਾ ਰਿਹਾ ਹੈ। ਤੁਸੀਂ ਦੇਖੋਗੇ ਸਾਡੇ ਕੋਲ ਸੀਟ ਨਹੀਂ ਬਚਣੀ ਅਤੇ ਬੱਚਿਆਂ ਦੀ ਲਾਈਨ ਲੱਗਣੀ ਹੈ ਪ੍ਰਾਈਵੇਟ ਸਕੂਲ 'ਚ। ਧੰਨਵਾਦ ਸਰ ਸਾਡੇ ਨਾਲ। ਦੇਖੋ, ਇੱਕ ਵੱਡਾ ਉਪਰਾਲਾ ਸਰਕਾਰ ਦਾ ਜਿਸ ਢੰਗ ਦੇ ਨਾਲ ਸਰਕਾਰ ਜਿਹੜੀ ਹੈ ਉਹ ਲਗਾਤਾਰ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਸਕੂਲ ਸਿੱਖਿਆ ਦਾ ਮੰਦਰ ਹੁੰਦੇ ਨੇ ਸਕੂਲ, ਤੁਸੀਂ ਹੁਣ ਵੀ ਇੱਕ ਤਸਵੀਰ ਤੁਹਾਨੂੰ ਵਿਖਾ ਦੇਣਾ ਕਿ ਕਿਸ ਢੰਗ ਦੇ ਨਾਲ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਨੇ ਸਿੱਖਿਆ ਪ੍ਰਾਪਤ ਕਰਕੇ ਆਪਣਾ ਜਿਹੜਾ ਭਵਿੱਖ ਹੈ ਉਸਨੂੰ ਰੋਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ, ਔਰ ਉਹ ਤਾਂ ਹੀ ਮੁਮਕਿਨ ਹੋ ਸਕਦਾ ਜੇਕਰ ਟੀਚਰ ਜਿਹੜੇ ਨੇ ਉਹ ਵੈਲ ਟ੍ਰੇਨਡ ਹੋਣ, ਵੈਲ ਐਜੂਕੇਟਿਡ ਹੋਣ, ਮੈਨੇਜਮੈਂਟ ਸਟਾਫ ਜਿਹੜਾ ਉਹ ਵੈਲ ਐਜੂਕੇਟਿਡ ਹੋਏ, ਵੈਲ ਟ੍ਰੇਨਡ ਹੋਏ, ਤਾਂ ਹੀ ਸਹੀ ਲਫਜ਼ਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਕੂਲ ਜਿਹੜੇ ਨੇ ਪ੍ਰੋਪਰ ਢੰਗ ਦੇ ਨਾਲ ਸਿੱਖਿਆ ਦਾ ਮੰਦਰ ਬਣ ਸਕਦੇ ਨੇ।
ਲਓ ਜੀ, ਸਿੱਧੀ ਤਸਵੀਰ ਤੁਹਾਨੂੰ ਜਿਸ ਢੰਗ ਦੇ ਨਾਲ ਵਿਖਾ ਰਹੇ ਹਾਂ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਵੱਖ ਵੱਖ ਪ੍ਰੋਬਲਮਸ ਦਿੱਤੀਆਂ ਹੋਈਆਂ ਸੀ। 5 ਮਿੰਟ ਦਾ ਸਮਾਂ ਦਿੱਤਾ ਗਿਆ ਸੀ, 5 ਮਿੰਟ ਦੇ ਵਿੱਚ ਇਹਨਾਂ ਨੂੰ ਆਪਣੀ ਪ੍ਰੋਬਲਮ ਜਿਹੜੀ ਹੈ ਉਹ ਹੱਲ ਕਰਕੇ ਉਸਦਾ ਸੋਲਿਊਸ਼ਨ ਦੱਸਣਾ ਸੀ, ਔਰ 5 ਮਿੰਟ ਲਗਭਗ ਕੰਪਲੀਟ ਹੋ ਚੁੱਕਿਆ ਹੈ। ਗੱਲਬਾਤ ਵੀ ਕਰ ਲੈਂਦੇ ਹਾਂ ਕਿ ਆਖਿਰ ਪ੍ਰੋਬਲਮ ਕੀ ਸੀ, ਹੱਲ ਕੀ ਸੁਝਿਆ ਸਰ, ਕੀ ਪ੍ਰੋਬਲਮ ਮਿਲੀ ਸੀ? ਪ੍ਰੋਬਲਮ ਸਰ ਇਹ ਸੀਗੀ ਵੀ ਇਹਦੇ ਵਿੱਚ ਇੱਦਾਂ ਸੀਗਾ ਵੀ ਉਹਨਾਂ ਨੇ ਦੇਖਿਆ ਵੀ ਤੁਸੀਂ ਦੇਖਦੇ ਹੋ ਕਿ ਹਰ ਮਹੀਨੇ ਲੜਕੀਆਂ ਨੂੰ ਮਤਲਬ ਜਿਹੜੇ ਮੈਂਸਿਸ ਦੀ ਪ੍ਰੋਬਲਮ ਆਉਂਦੀ ਹੈ ਅਤੇ ਲੜਕੀਆਂ ਜਿਹੜੀਆਂ ਉਹ ਛੁੱਟੀ ਜ਼ਿਆਦਾ ਲੈਂਦੀਆਂ ਅਤੇ ਲੜਕੇ ਜਿਹੜੇ ਆ ਉਹ ਫਿਰ ਘੱਟ ਲੈਂਦੇ, ਅਤੇ ਉਹ ਇਹਦੇ ਵਿੱਚ ਕੁਐਸਚਨ ਦੇ ਵਿੱਚ 2 ਕਾਰਨ ਸੀਗੇ ਵੀ ਇਸਦਾ ਕੀ ਕਾਰਨ ਹੋ ਸਕਦਾ। ਇਸ ਦਾ ਮੋਸਟਲੀ ਕਾਰਨ ਇਹ ਸਕਦੇ ਆ ਕਿ ਦੇ ਫੀਲ ਸ਼ਾਏ, ਉਹਨਾਂ ਨੂੰ ਮਤਲਬ ਸ਼ਾਈਨੈਸ ਫੀਲ ਹੁੰਦੀ ਆ ਔਰ ਉਹ ਇਹ ਚੀਜ਼ਾਂ ਪ੍ਰੋਬਲਮ ਡਿਸਕਸ ਕਰਨ ਤੋਂ ਡਰਦੀਆਂ ਹਨ। ਪਰ ਮੇਰੇ ਅਕੋਰਡਿੰਗਲੀ ਇਹਦਾ ਹੱਲ ਇਹ ਹੋ ਸਕਦਾ ਵੀ ਜਿਸ ਤਰ੍ਹਾਂ ਆਮ ਹੁੰਦਾ ਵੀ ਹੈ ਸਾਡੇ ਵੱਲੋਂ ਜਿਹੜੀਆਂ ਸਾਡੀਆਂ ਲੇਡੀਜ਼ ਟੀਚਰ ਨੇ ਉਹ ਬੱਚਿਆਂ ਨੂੰ ਕਾਫੀ ਅਵੇਅਰ ਕਰਦੀਆਂ ਨੇ, ਉਹ ਲੇਡੀਜ਼ ਟੀਚਰ ਨੇ ਉਹ ਬੱਚਿਆਂ ਨੂੰ ਅਵੇਅਰ ਕਰਦੀਆਂ ਨੇ ਵੀ ਬੇਟਾ ਇਹ ਇੱਕ ਨੈਚੁਰਲ ਐਕਟੀਵਿਟੀ ਹੈ, ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਡਰਨ ਵਾਲੀ ਸੋਚਣ ਵਾਲੀ ਲੋੜ ਨਹੀਂ। ਦੂਸਰਾ ਸਾਡੇ ਸਕੂਲ ਦੇ ਵਿੱਚ ਹੁਣ ਜਿੱਦਾਂ ਸੈਨੇਟਰੀ ਨੈਪਕਿਨਸ ਜਿਹੜੇ ਆ ਉਹਦੀ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ, ਤਾਂ ਉਹ ਐਕਚੁਅਲੀ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦੀ ਬਜਾਏ ਇਕੱਠੇ ਉਹ ਟੀਚਰਸ ਆਪਣੇ ਕੋਲ ਰੱਖੇ, ਜਦੋਂ ਉਹਨਾਂ ਨੂੰ ਲੱਗਦਾ ਵੀ ਇੱਦਾਂ ਦੀ ਦਿੱਕਤ ਕੋਈ ਆਉਂਦੀ ਹੈ ਤਾਂ ਉਹ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਵਾ ਉਹਦੇ ਅਕੋਰਡਿੰਗਲੀ ਔਰ ਨਾਲ ਹੀ ਉਹਨਾਂ ਨੂੰ ਪੇਅਰ ਗਰੁੱਪਸ 'ਚ ਬਿਠਾ ਕੇ ਦੱਸਿਆ ਜਾਵੇ, ਉਹਨਾਂ ਆਪਣੇ ਪੇਅਰ ਗਰੁੱਪਸ ਦੇ ਵਿੱਚ ਸ਼ੇਅਰ ਕਰਨ ਪ੍ਰੋਬਲਮ, ਉਹਨਾਂ ਦੀਆਂ ਆਪਣੀਆਂ ਸਹੇਲੀਆਂ ਜਿਹੜੀਆਂ ਉਹਨਾਂ ਨੂੰ ਗਾਈਡ ਕਰਕੇ ਦੱਸ ਦੇਣਗੇ ਵੀ ਇਸ ਤੋਂ ਡਰਨ ਵਾਲੀ ਕੋਈ ਇਸ ਤਰ੍ਹਾਂ ਦਿੱਕਤ ਨਹੀਂ, ਤੁਸੀਂ ਇਸ ਕਰਕੇ ਛੁੱਟੀ ਕਰਨਾ ਕੋਈ ਸੋਲਿਊਸ਼ਨ ਨਹੀਂ ਹੈ। ਇਹ ਤਾਂ ਅੱਜ ਦੀ ਪੀੜ੍ਹੀ ਜਿਹੜੀ ਹੈ ਉਸ ਨੂੰ ਅਵੇਅਰ ਕਰਨ ਦੀ ਜ਼ਿਆਦਾ ਲੋੜ ਹੈ ਇਸ ਤਰ੍ਹਾਂ ਦੀ ਪ੍ਰੋਬਲਮਸ ਦੇ ਵਿੱਚ। ਬਿਲਕੁਲ ਮੈਮ, ਤੁਹਾਡੇ ਕੋਲ ਵੀ ਪ੍ਰੋਬਲਮ ਆਈ ਸੀ, ਕੀ ਕੁਛ ਪ੍ਰੋਬਲਮ ਸੀ ਔਰ ਕੀ ਕੁਛ ਹੱਲ ਕੱਢਿਆ ਤੁਸੀਂ? ਸਾਡੀ ਪ੍ਰੋਬਲਮ ਇਹ ਮਿਲੀ ਹੈ ਕਿ ਕੁਝ ਬੱਚੇ ਜਿਵੇਂ ਰੈਗੂਲਰ ਨਹੀਂ ਹੈ ਸਕੂਲ ਵਿੱਚ, ਛੁੱਟੀਆਂ ਬਹੁਤ ਕਰਦੇ ਹੈ ਔਰ ਅਗਰ ਉਹ ਆਉਂਦੇ ਹੈ ਤਾਂ ਉਹਨਾਂ ਦੇ ਕਦੀ ਪੇਟ ਵਿੱਚ ਦਰਦ ਹੁੰਦਾ, ਇਸ ਤਰ੍ਹਾਂ ਦੇ ਇਸ਼ੂਜ਼ ਬਹੁਤ ਹੈ, ਅਤੇ ਫਿਰ ਉਹਨਾਂ ਦੇ ਪੇਟ ਦਰਦ ਹੁੰਦੀ ਹੈ ਤਾਂ ਪੜ੍ਹਾਈ ਵੀ ਸਫ਼ਰ ਕਰਦੀ ਹੈ, ਅਤੇ ਇਹਦਾ ਸੋਲਿਊਸ਼ਨ ਕੀ ਸੋਲਿਊਸ਼ਨ ਹੈ? ਅਸੀਂ ਇਹ ਡਿਸਕਸ ਕੀਤਾ ਹੈ ਕਿ ਪਹਿਲਾਂ ਤਾਂ ਬ੍ਰੇਕਫਾਸਟ ਦੀ ਇੰਪੋਰਟੈਂਸ ਲਈ ਪੇਰੈਂਟਸ ਨੂੰ ਅਵੇਅਰ ਕਰਨਾ ਹੈ ਕਿ ਬ੍ਰੇਕਫਾਸਟ ਕਰਨਾ, ਹਲਕਾ ਬ੍ਰੇਕਫਾਸਟ ਕਰਨਾ ਬਹੁਤ ਜ਼ਰੂਰੀ ਹੈ। ਇਨ ਕੇਸ ਫਿਰ ਵੀ ਬੱਚਾ ਆਉਂਦਾ ਹੈ ਔਰ ਪੇਟ ਦਰਦ ਵਾਲਾ ਇਸ਼ੂ ਆਉਂਦਾ, ਤਾਂ ਅਸੀਂ ਸਕੂਲ ਵਿੱਚ ਆਪਣੇ ਕੋਲ ਛੋਟੇ ਬਿਸਕਿਟ ਦੇ ਪੈਕੇਟ ਜਿਵੇਂ ਰੱਖ ਸਕਦੇ ਹਾਂ ਕਿ ਬੱਚਾ ਅਗਰ ਨਹੀਂ ਖਾ ਕੇ ਆਇਆ, ਪੇਟ ਦਰਦ ਹੋ ਰਿਹਾ, ਤਾਂ ਪਹਿਲਾਂ ਉਹਨੂੰ ਚਾਏ ਦੇ ਨਾਲ ਬਿਸਕਿਟ ਵਗੈਰਾ ਦੇ ਕੇ ਔਰ ਹਾਂਜੀ ਇਸ ਲਹਿਜ਼ੇ ਦੇ ਵਿੱਚ ਵੀ ਲੈ ਸਕਦੇ ਹਾਂ ਕਿ ਅੱਜ ਕੱਲ੍ਹ ਮੋਸਟਲੀ ਬੱਚਿਆਂ ਦੀ ਇਮਿਊਨਿਟੀ ਜਿਹੜੀ ਹੈ ਇੰਨੀ ਕੁ ਸਟਰੋਂਗ ਨਹੀਂ ਹੁੰਦੀ, ਜਿਸ ਢੰਗ ਦੇ ਨਾਲ ਮੌਸਮ ਲਗਾਤਾਰ ਤਬਦੀਲ ਹੁੰਦਾ ਨਜ਼ਰ ਆ ਰਿਹਾ ਅਤੇ ਬਿਮਾਰੀਆਂ ਦਾ ਵੱਡਾ ਕਾਰਨ ਬਣਦਾ ਹੈ ਆ ਮੌਸਮ, ਅਤੇ ਇਸ ਦੇ ਲਈ ਰੈਗੂਲਰ ਚੈੱਕਅਪਸ ਦੀ ਵਿਵਸਥਾ ਵਗੈਰਾ ਅਗਰ ਹੋ ਜਾਏ, ਬੱਚੇ ਦੀ ਇਮਿਊਨਿਟੀ ਉਸਦੇ ਪੇਰੈਂਟਸ ਨੂੰ ਦੱਸਿਆ ਜਾਏ ਕਿ ਇਹ ਬੱਚਾ ਜਿਹੜਾ ਇਸ ਮਾਹੌਲ ਦੇ ਵਿੱਚ ਹੈ ਅਤੇ ਇਸ ਤਰ੍ਹਾਂ ਦੀ ਇਸਦੀ ਇਮਿਊਨਿਟੀ ਹੈ, ਅਤੇ ਇਸਨੂੰ ਇਹੋ ਜਿਹੀ ਡੋਜ਼ਿਸ ਦਿੱਤੀਆਂ ਜਾਣ, ਇਸ ਤਰ੍ਹਾਂ ਦਾ ਫੂਡ ਦਿੱਤਾ ਜਾਏ ਜਿਸ ਕਰਕੇ ਉਸਦੀ ਇਮਿਊਨਿਟੀ ਜਿਹੜੀ ਆ ਉਹ ਸਟਰੋਂਗ ਹੋਏ, ਤਾਂ ਹੀ ਕਿਉਂਕਿ ਸਰੀਰ ਸਵਸਥ ਹੋਏਗਾ ਤਾਂ ਹੀ ਸਿੱਖਿਆ ਦੇ ਵਿੱਚ ਮਨ ਲੱਗਦਾ ਵੀ ਨਜ਼ਰ ਆ। ਹਾਂਜੀ, ਹੈਲਦੀ ਨਿਊਟ੍ਰੀਸ਼ਨ ਬਾਰੇ ਵੀ ਅਵੇਅਰਨੈਸ ਜ਼ਰੂਰੀ ਹੈ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਜੇਕਰ ਅਸੀਂ ਗੱਲ ਕਰੀਏ ਜਿਸ ਢੰਗ ਦੇ ਨਾਲ ਇੱਥੇ ਟ੍ਰੇਨਿੰਗ ਸੈਸ਼ਨ ਦੇ ਵਿੱਚ ਵੱਖ ਵੱਖ ਪ੍ਰੋਬਲਮਸ ਜਿਹੜੀਆਂ ਨੇ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਸੀ, ਪ੍ਰੋਬਲਮਸ ਦਾ ਆਪਣੇ ਲਹਿਜ਼ੇ ਦੇ ਵਿੱਚ ਇਹ ਹੱਲ ਵੀ ਕੱਢਦੇ ਨਜ਼ਰ ਆਏ ਨੇ, ਔਰ ਹੁਣ ਉਹ ਹੱਲ ਜਿਹੜੇ ਨੇ ਉਹ ਆਪਸ ਦੇ ਵਿੱਚ ਇੱਥੇ ਡਿਸਕਸ ਵੀ ਹੁੰਦੇ ਨਜ਼ਰ ਆਉਣਗੇ, ਜਿਸ ਤੋਂ ਬਾਅਦ ਵੇਖਿਆ ਜਾਏਗਾ ਕਿ ਇਹਨਾਂ ਨੂੰ ਜਿਹੜਾ ਸੈਮੀਨਾਰ ਦੇ ਵਿੱਚ ਟ੍ਰੇਨ ਕੀਤਾ ਜਾ ਰਿਹਾ ਉਸਦਾ ਕਿੰਨਾ ਕੁ ਅਸਰ ਵੇਖਣ ਨੂੰ ਮਿਲ ਰਿਹਾ। ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸਿੱਖਿਆ ਦੇ ਮਨਾਰ ਨੂੰ ਉੱਪਰ ਚੱਕਣ ਲਈ ਕਦਮ ਚੁੱਕਦੀ ਨਜ਼ਰ ਆ ਰਹੀ ਹੈ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਹਾਂ ਕਿ ਰਿਜ਼ਲਟ ਜਿਹੜੇ ਆਏ ਨੇ ਉਹਨਾਂ ਦੇ ਵਿੱਚ ਰਿਜ਼ਲਟਾਂ ਦੇ ਵਿੱਚ ਝਲਕ ਨਜ਼ਰ ਆਉਂਦੀ ਹੈ ਕਿ ਸਰਕਾਰ ਕੀ ਕੁਛ ਕਰਦੀ ਨਜ਼ਰ ਆਈ ਹੈ। ਔਰ ਅੱਜ ਜਿਹੜਾ ਇਹ ਮੈਨੇਜਮੈਂਟ ਟ੍ਰੇਨਿੰਗ ਸੈਸ਼ਨ ਹੋਇਆ,
ਇਸ ਦੇ ਵਿੱਚ ਵੀ ਕਈ ਤਰ੍ਹਾਂ ਦੀ ਗੱਲਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਵੇਖਣ ਵਾਲੀ ਗੱਲ ਰਹੇਗੀ ਕਿ ਇਸ ਸੈਸ਼ਨ ਦਾ ਆਉਣ ਵਾਲੇ ਸਮਾਂ ਦੇ ਵਿੱਚ ਕੀ ਅਸਰ ਵੇਖਣ ਨੂੰ ਮਿਲਦਾ ਹੈ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਮੋਹਾਲੀ।